ਜ਼ਿਕਰੀਆ ਯੂਨੀਵਰਸਿਟੀ ਦੇ ਅਦਬੀ ਖਿਦਮਤ ਦੇ ਇੱਕ ਹਜ਼ਾਰਾਂ ਸਾਲ ਪੁਰਾਣੇ ਸ਼ਹਿਰ ਦੀ ਯੂਨੀਵਰਸਿਟੀ ਦੇ ਅਦਬੀ ਖਿਦਮਤ ਸਰਾਇਕੀ ਖਿਦਮਤ ਖਰਾਜ ਤਹਿਸੀਨ ਹੈ ਅਤੇ ਉਹਨਾਂ ਇੱਥੇ ਸਾਨੂੰ ਮਤਲਬ ਆਉਣ ਦਾ ਮੌਕਾ ਦਿੱਤਾ ਹੈ। ਸਾਰੀ ਇੱਕ ਖੂਬਸੂਰਤ ਸਟੇਜ 'ਤੇ ਮੁਤਾਰਫ ਥੀਣ ਦਾ ਮੌਕਾ ਦਿੱਤਾ ਨੇ ਅਸਲ ਉਹਨਾਂ ਦੇ ਇੱਥੋਂ ਰਹਿਤ ਹੈ ਅਤੇ ਮੇਰਾ ਤਾਲਕ ਡੇਰੇ ਸੁਨੀਲ ਖਾਨ ਨਾਲ ਹੈ। ਸੈਯਦ ਮਖਮੂਰ ਕਲੰਦਰੀ ਨਾਂ ਹੈ ਅਤੇ ਮੈਂ ਫਿਤਰਤ ਪੇਂਟ ਕਰਨਾ ਕਲਚਰ ਆਪਣੀ ਬੋਲੀ ਆਪਣੀ ਬਚਾਉਣ ਵਾਸਤੇ ਜਿਵੇਂ ਸਹੀ ਹੁਣੀ ਕੰਮ ਕਰਨੇ ਪੈਣੇ ਸਾਰੇ ਕੋਲ ਜੇ ਕੁਝ ਥੀ ਸਕਦਾ ਸਕਰੇ ਨੇ ਪੈ ਅਗਰ ਮੁਲਤਾਨ ਰਹੀਮ ਯਾਰ ਖਾਨ ਕੋਲ ਲਾ ਕੇ ਅਤੇ ਮੀਆਂ ਵਾਲੀ ਤੱਕ ਇਤਨਾ ਸਰਾਇ ਕੀ ਰਹਾ ਹੈ ਹਰ ਕੋਈ ਆਪਣੇ ਆਪਣੇ ਹਿੱਸੇ ਦਾ ਕੰਮ ਕਰਿਆ ਤਾਂ ਉਹਨਾਂ 'ਚ ਅਸੀਂ ਸ਼ਾਮਿਲ ਹੈ ਅਤੇ ਇੱਕ ਨਜ਼ਮ ਦੇ ਕੁਝ ਲੈਣਾ ਹੀ ਕਿ ਬਾਬਾ ਸਿੰਘ ਫਰਮੇਂਦੇ ਹਨ ਸਾਡਾ ਵੇਲਾ ਚੰਗਾ ਵੇਲਾ ਹੈ ਸਾਡਾ ਵੇਲਾ ਸਾਦਾ ਵੇਲਾ ਹੈ ਸਾਡੇ ਵੇਲੇ ਪੱਗ ਦੀ ਕੀਮਤ ਹੈ ਸਾਡੇ ਵੇਲੇ ਗਾਲ ਅੰਗੂਠਾ ਆਈ ਬਾਬਾ ਸਿੰਘ ਫਰਮੈਂਦੇ ਹਨ ਸਾਡਾ ਵੇਲਾ ਚੰਗਾ ਵੇਲਾ ਹੈ ਸਾਡਾ ਵੇਲਾ ਸਾਦਾ ਵੇਲਾ ਹੈ ਸਾਡੇ ਵੇਲੇ ਪੱਗ ਦੀ ਕੀਮਤ ਹੈ ਸਾਡੇ ਵੇਲੇ ਗਾਲ ਅੰਗੂਠਾ ਆਈ ਸਾਡੇ ਵੇਲੇ ਪਰਦਾ ਆਖੀ ਚਾਹੀ ਸਾਡੇ ਵੇਲੇ ਘਰਾਂ 'ਚ ਬਾਰੀਆਂ ਹਨ ਸਾਡੇ ਵੇਲੇ ਯਾਰੀਆਂ ਯਾਰੀਆਂ ਹਨ ਸਾਡੇ ਵੇਲੇ ਕਾਸਿਦ ਪਖੜੂ ਹਨ ਸਾਡੇ ਵੇਲੇ ਵਕਤ ਪਿਛਾਵੇਂ ਛਈ ਧੂਮ ਦੱਸ ਦਿੰਦੇ ਹਨ ਬੱਸੂ ਦੀ ਸਭ ਤਾਰੇ ਰਸਤਾ ਲੈਂਦੇ ਹਨ ਇਹ ਬਾਬਾ ਸਿੰਘ ਫਰਮੈਂਦੇ ਹਨ ਇਤ ਸ਼ਹਿਰ ਦਾ ਚੌਕ ਹੈ ਊਂ ਵੇਲੇ ਇਤ ਸਾਡੇ ਜੋੜੇ ਬਾਂਧੇ ਹਨ ਜਿਤ ਕੋਠੀ ਹੈ ਸਰਦਾਰਾਂ ਦੀ ਈ ਝਾਂ ਅਤੇ ਬੂਹੜ ਹੁੰਦੀ ਹੈ ਜਿਤ ਹਾੜੀ ਮਾਲ ਵਧੀਂਦਾ ਹਾਂ ਔਰ ਬਾਬਾ ਸਿੰਘ ਫਰਮੈਂਦੇ ਹਨ ਸਾਡੇ ਘਰ ਦੇ ਨਾਲ ਕਿਰਾੜਾਂ ਦਾ ਹੀ ਖੂਹ ਹੀ ਬਾਂਧਾ ਰਹਿੰਦਾ ਹੈ ਇੱਕ ਛੱਟ ਦਰਬਾਰੀ ਲੱਠਾਂ ਦੀ ਇਤ ਪਾਣੀ ਆਣ ਕੇ ਪੀਂਦੀ ਹੈ ਉਹ ਪਿਆਰ ਪਰਿਤ ਵੇਲਾ ਹੈ ਨਾ ਲੱਠੇ ਕਲਮਾ ਪੜਦੇ ਹਨ ਨਾ ਖੂਹ ਦਾ ਪਾਣੀ ਕਾਫੇ ਰਹੀ ਬਹੁ ਮਿਹਰਬਾਨੀ ਹੈ।